ਕੈਨੇਡਾ ਵਿੱਚ ਅਗਰ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਆ, ਕਿਸੇ ਵੀ ਤਰ੍ਹਾਂ ਦੀ ਹੋਸਪਿਟਲਾਈਜੇਸ਼ਨ ਹੁੰਦੀ ਆ, ਜਾਂ ਫਿਰ ਤੁਹਾਨੂੰ ਇੱਕ ਸਿੰਪਲ ਡਾਕਟਰ ਦੀ ਵਿਜ਼ਿਟ ਵੀ $500 to $700 ਦੀ ਪੈ ਸਕਦੀ ਆ, ਤੇ ਜੇ ਰੱਬ ਨਾ ਕਰੇ ਕਿਸੇ ਤਰ੍ਹਾਂ ਦੀ ਐਕਸੀਡੈਂਟਲ ਪ੍ਰੋਬਲਮ ਜਾਂ ਡੈਥ ਵੀ ਹੁੰਦੀ ਆ, ਤੇ ਉਸ ਤੋਂ ਬਾਅਦ ਦੋਸਤਾਂ ਨੂੰ ਫੇਸਬੁੱਕ ਤੇ ਪੈਸੇ ਇਕੱਠੇ ਕਰਨੇ ਪੈਂਦੇ। ਇਹ ਬਹੁਤ ਹੀ ਸੀਰੀਅਸ ਪ੍ਰੋਬਲਮ ਆ ਕਿ ਇੰਸ਼ੋਰੈਂਸ ਕਿੰਨੀ ਕੁ ਇੰਪੋਰਟੈਂਟ ਆ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ, ਜੇ ਉਹ ਮੋਂਟਰੀਅਲ 'ਚ ਕੈਨੇਡਾ 'ਚ ਜਾਂ ਕੈਨੇਡਾ ਦੇ ਕਿਸੇ ਵੀ ਪ੍ਰੋਵਿੰਸ 'ਚ ਪੜ੍ਹਦੇ ਨੇ। ਉਸ ਦੇ ਉੱਤੇ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ। ਚੈੱਕ ਮੈਂ ਹਾਂ ਜੋਨੀ ਹੰਸ, ਤੋ ਲਓ ਜੀ ਲੈ ਕੇ ਹਾਜ਼ਰ ਹਾਂ ਅੱਜ ਦੀ ਇਹ ਵੀਡੀਓ ਜਿਸ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਇੰਸ਼ੋਰੈਂਸ ਕਿੰਨੀ ਇੰਪੋਰਟੈਂਟ ਆ ਜਦ ਤੁਸੀਂ ਕੈਨੇਡਾ ਪੜ੍ਹਨ ਆਉਂਦੇ ਹੋ। ਇਟਸ ਅ ਵੈਰੀ ਵੈਰੀ ਇੰਪੋਰਟੈਂਟ ਆਸਪੈਕਟ ਆਫ ਅ ਸਟੂਡੈਂਟ ਲਾਈਫ। ਕਿਉਂ? ਇਸ ਕਰਕੇ ਕਿਉਂਕਿ ਇੱਕ ਨੋਰਮਲ ਵਿਜ਼ਿਟ ਵੀ ਜਿਹੜੀ ਡਾਕਟਰ ਦੀ ਆ, ਇੱਥੇ ਤੱਕ ਜੇ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਆ ਤਾਂ ਇਹ $500 to $700 ਪੈ ਸਕਦੀ ਆ। ਅਤੇ ਜ਼ਿਆਦਾਤਰ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਆਪਾਂ ਆਪਣੀ ਇੰਸ਼ੋਰੈਂਸ ਚੈੱਕ ਹੀ ਨਹੀਂ ਕਰ ਸਕਦੇ। ਹੁਣ ਤੁਸੀਂ ਇਹ ਸੋਚਣਾ ਕਿ ਯਾਰ ਪੜ੍ਹਨ ਆਉਣ ਦੇ ਲਈ ਇੰਸ਼ੋਰੈਂਸ ਦਾ ਕੀ ਲੈਣਾ ਦੇਣਾ। ਕੈਨੇਡਾ ਵਿੱਚ ਹੈਲਥ ਜਿਹੜੀ ਬੈਨੀਫਿਟਸ ਨੇ ਜ਼ਿਆਦਾਤਰ ਗਵਰਨਮੈਂਟ ਵੱਲੋਂ ਕਵਰ ਕੀਤੇ ਜਾਂਦੇ ਨੇ, ਪਰ ਉਹ ਜ਼ਿਆਦਾਤਰ ਇੱਥੇ ਦੇ ਪਰਮਨੈਂਟ ਰੈਜ਼ੀਡੈਂਟਸ ਜਾਂ ਫਿਰ ਵਰਕ ਪਰਮਿਟਸ ਦੇ ਸਪੈਸ਼ਲ ਹੁੰਦੇ ਨੇ ਜਾਂ ਫਿਰ ਸਿਟੀਜ਼ਨਸ ਦੇ ਲਈ ਹੁੰਦੇ ਨੇ। ਜੇ ਤੁਸੀਂ ਵਿਜ਼ਿਟਰ ਹੋ, ਆਪਣੇ ਬੱਚਿਆਂ ਨੂੰ ਵਿਜ਼ਿਟ ਕਰਨ ਆ ਰਹੇ ਹੋ, ਮਿਲਣ ਆ ਰਹੇ ਹੋ, ਜਾਂ ਤੁਹਾਡੇ ਘਰ ਦੇ ਤੁਹਾਨੂੰ ਮਿਲਣ ਆ ਰਹੇ ਨੇ, ਜਾਂ ਫਿਰ ਤੁਸੀਂ ਆਪ ਜਦੋਂ ਕੈਨੇਡਾ ਪੜ੍ਹਨ ਆਉਂਦੇ ਹੋ, ਤੁਹਾਡੇ ਕੋਲ ਮੈਡੀਕਲ ਇੰਸ਼ੋਰੈਂਸ ਹੋਣਾ ਇਟਸ ਅ ਵੈਰੀ ਇੰਪੋਰਟੈਂਟ ਆਸਪੈਕਟ। ਹੁਣ ਓਨਟੈਰੀਓ ਦੇ ਕੁਛ ਕਾਲਜਿਸ ਇਹੋ ਜਿਹੇ ਨੇ ਜਿਹੜੇ ਤੁਹਾਨੂੰ ਇਨ ਬਿਲਟ ਇੰਸ਼ੋਰੈਂਸ ਨਾਲ ਦਿੰਦੇ ਨੇ, ਬਟ ਕਿਊਬਿਕ ਦੇ ਬਹੁਤ ਸਾਰੇ ਕਾਲਜਿਸ ਨੇ ਜਿਹੜੇ ਤੁਹਾਨੂੰ ਇੰਸ਼ੋਰੈਂਸ ਨਾਲ ਨਹੀਂ ਦਿੰਦੇ। ਸੋ ਇਟਸ ਅ ਵੈਰੀ ਇੰਪੋਰਟੈਂਟ ਥਿੰਗ ਕਿ ਤੁਸੀਂ ਉਸ ਚੀਜ਼ ਨੂੰ ਚੈੱਕ ਕਰ ਲਓ ਅਤੇ ਇਹ ਚੈੱਕ ਕਰੋ ਕਿ ਜੇ ਤੁਹਾਡਾ ਕਾਲਜ ਤੁਹਾਨੂੰ ਇੰਸ਼ੋਰੈਂਸ ਦੇ ਰਿਹਾ ਉਹਦੇ ਵਿੱਚ ਕੀ ਕਵਰ ਆ, ਕਿਉਂਕਿ ਕੁਛ ਇਹੋ ਜਿਹੀਆਂ ਸਟੈਂਡਰਡ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੰਸ਼ੋਰੈਂਸ ਦੇ ਵਿੱਚ ਜ਼ਰੂਰ ਕਵਰਡ ਹੋਣੀਆਂ ਚਾਹੀਦੀਆਂ। ਆਈ ਨੋ ਇਟਸ ਅ ਵੈਰੀ meticulous thing, it's a very particular thing, par tuhanu pata hona chahida, you should know it before, kyunki lack of knowledge is always dangerous. ke je tuhanu pata hi nahi aa ke yaar you know tuhadi insurance ki cover kar rahi hai, are you insured right now or not, ਅਤੇ ਕਿੰਨੇ ਲਈ ਤੁਸੀਂ ਇੰਸ਼ੋਰਡ ਹੋ, ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ। ਹੁਣ ਜੇ ਤੁਹਾਨੂੰ ਆਲ ਆਫ ਅ ਸਡਨ ਤੁਸੀਂ ਬਿਮਾਰ ਪੈ ਜਾਂਦੇ ਹੋ, ਸਪੈਸ਼ਲੀ ਵੈਨ ਯੂ ਕਮ ਫਰੋਮ ਡਿਫਰੈਂਟ ਕੰਟਰੀ, ਜੋ ਤੁਸੀਂ ਨਵੇਂ ਆਉਂਦੇ ਹੋ, ਦੇਰ ਆਰ ਚਾਂਸਿਸ ਕਿ ਹਾਂ ਬੰਦਾ ਬਿਮਾਰ ਹੋ ਜਾਂਦਾ ਕਈ ਵਾਰੀ ਕਿਸੇ ਨਾ ਕਿਸੇ ਡਿਜ਼ੀਜ਼ ਦਾ ਕਰਕੇ ਜਾਂ ਫਿਰ ਵੈਦਰ ਚੇਂਜ ਕਰਕੇ ਜਾਂ ਕੁਛ ਵੀ, ਫਿਰ ਤੁਹਾਨੂੰ ਡਾਕਟਰ ਕੋਲ ਜਾਣਾ ਪੈਂਦਾ। ਅਤੇ ਜ਼ਿਆਦਾਤਰ ਇਹੋ ਜਿਹੇ ਕੇਸਿਸ ਦੇ ਵਿੱਚ ਇਹ ਹੁੰਦਾ ਕਿ ਉਹ ਤੁਹਾਨੂੰ ਚਾਰਜ ਕਰਦੇ ਨੇ। ਫਿਰ ਜੇ ਤੁਸੀਂ ਮੈਡੀਕਲ ਇੰਸ਼ੋਰੈਂਸ ਲਿਆ ਹੋਇਆ ਆ ਅਤੇ ਫਿਰ ਤੁਹਾਨੂੰ ਉਹਦੀ ਰਿਮਬਰਸਮੈਂਟ ਮਿਲ ਜਾਂਦੀ ਆ। ਪਰ ਜੇ ਤੁਹਾਡਾ ਇੰਸ਼ੋਰੈਂਸ ਐਕਸਪਾਇਰ ਹੋ ਗਿਆ ਆ ਜਾਂ ਇੰਸ਼ੋਰੈਂਸ ਤੁਹਾਡਾ ਨਹੀਂ ਅਪ ਟੂ ਡੇਟ, ਤਾਂ ਫਿਰ ਉਹ ਸਾਰੇ ਦੀ ਸਾਰੇ ਯੂ ਨੋ ਜਿਹੜੀ ਪੇਮੈਂਟ ਆ ਉਹ ਤੁਹਾਡੀ ਪਾਕਿਟ 'ਚੋਂ ਜਾਊਗੀ, ਜਿਹੜੀ ਇਹ ਕਿ ਬਹੁਤ ਹੀ ਘਾਟੇ ਵਾਲਾ ਸੌਦਾ ਆ। ਸੋ ਸਹੀ ਗੱਲ ਕੀ ਆ ਕਿ ਇਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਇੰਸ਼ੋਰ ਕਰ ਸਕਦੇ ਹਾਂ, ਉਸ ਦੀ ਗੱਲ ਕਰਦੇ ਹਾਂ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ। ਹੁਣ ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ ਇੰਸ਼ੋਰੈਂਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ, ਇੱਕ ਰਫਲੀ ਜਿਹਾ ਐਗਜ਼ਾਮਪਲ ਦਿੰਦਾ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਇੰਸ਼ੋਰੈਂਸ ਦੇ ਵਿੱਚ। ਆਪਣੇ ਇੰਸ਼ੋਰੈਂਸ ਪਾਲਿਸੀ ਜੇ ਤੁਹਾਡੇ ਕੋਲ ਆ ਨਾ, ਹੁਣੇ ਚੈੱਕ ਕਰ ਲਓ ਕਿ ਆਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੈਗੀਆਂ ਜਾਂ ਨਹੀਂ, ਜਿਵੇਂ ਐਮਰਜੈਂਸੀ ਹੋਸਪਿਟਲ, ਐਮਰਜੈਂਸੀ ਮੈਡੀਕਲ ਕਵਰੇਜ, ਪ੍ਰੋਫੈਸ਼ਨਲ ਸਰਵਿਸਿਜ਼ ਹੁੰਦੀਆਂ ਨੇ, ਡਰੱਗਸ, ਮੈਡੀਕੇਸ਼ਨ, ਮੈਟਰਨਿਟੀ ਬੈਨੀਫਿਟਸ ਵੀ ਹੁੰਦੇ ਨੇ। ਆਫਕੋਰਸ ਬਹੁਤ ਸਾਰੇ ਕਪਲਸ ਆਉਂਦੇ ਨੇ ਐਜ਼ ਅ ਸਟੂਡੈਂਟ ਇੱਥੇ, ਅਤੇ ਜੇ ਤੁਹਾਨੂੰ ਜੇ ਮੈਟਰਨਿਟੀ ਦਾ ਵੀ ਕੇਸ ਹੁੰਦਾ ਆ ਹੈ ਨਾ, ਅਤੇ ਉਹਦੇ ਲਈ ਵੀ ਤੁਹਾਨੂੰ ਕਵਰੇਜ ਚਾਹੀਦੀ ਹੁੰਦੀ ਆ। ਤੁਹਾਨੂੰ ਚੈੱਕ ਕਰਨਾ ਪੈਂਦਾ ਕਿ ਤੁਹਾਡੀ ਜਿਹੜੀ ਮੈਡੀਕਲ ਇੰਸ਼ੋਰੈਂਸ ਦੀ ਪੋਲਿਸੀ ਆ ਉਹ ਚੀਜ਼ ਕਵਰ ਕਰ ਰਹੀ ਆ ਜਾਂ ਨਹੀਂ ਕਰ ਰਹੀ। ਉਸਦੇ ਨਾਲ ਨਾਲ ਆਏ ਐਗਜ਼ਾਮੀਨੇਸ਼ਨ, ਫਿਜ਼ੀਕਲ ਐਗਜ਼ਾਮੀਨੇਸ਼ਨ, ਐਮਰਜੈਂਸੀ ਟਰਾਂਸਪੋਰਟੇਸ਼ਨ, ਡੈਂਟਲ ਐਕਸੀਡੈਂਟ, ਡੈਂਟਲ ਐਮਰਜੈਂਸੀਜ, ਵਿਜ਼ਡਮ ਟੀਥ, ਅਤੇ ਹੋਰ ਵੀ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਫੇਸਬੁੱਕ 'ਤੇ ਯਾਰ ਇੱਥੇ ਪਿੱਛੇ ਜੇ ਮੁੰਡਿਆਂ ਦੀ ਟਰੱਕ ਦੇ ਉੱਤੇ ਡਰਾਈਵ ਕਰਦੇ ਹੋਏ ਯੂ ਨੋ ਐਕਸੀਡੈਂਟਲੀ ਮੌਤ ਹੋ ਗਈ ਸੀ, ਉਸ ਤੋਂ ਬਾਅਦ ਉਹਨਾਂ ਦੇ ਦੋਸਤਾਂ ਨੇ ਫੇਸਬੁੱਕ 'ਤੇ ਫੰਡ ਰੇਜ਼ ਕੀਤਾ ਤਾਂ ਕਿ ਯੂ ਨੋ ਉਹਨਾਂ ਦੀ ਬੋਡੀ ਵਾਪਸ ਭੇਜੀ ਜਾ ਸਕੇ। ਅਤੇ ਜੇ ਤੁਸੀਂ ਸਹੀ ਇੰਸ਼ੋਰੈਂਸ ਪਹਿਲਾਂ ਲੈ ਲੈਣ, ਆਈ ਨੋ ਇਟਸ ਵੈਰੀ ਸੈਡ ਥਿੰਗ, ਆਈ ਨੋ ਇਟਸ ਨੋਟ ਗ੍ਰੇਟ ਟੂ ਟਾਕ ਅਬਾਊਟ ਇਟ, ਬਟ ਇਹ ਰਿਐਲਿਟੀ ਆ ਯਾਰ। ਜੇ ਤੁਸੀਂ ਚੈੱਕ ਕਰ ਲੈਂਦੇ ਹੋ, ਟਾਈਮ 'ਤੇ ਇੰਸ਼ੋਰੈਂਸ ਲੈ ਕੇ ਰੱਖਦੇ ਹੋ, ਤਾਂ ਤੁਹਾਨੂੰ ਇਹੋ ਜਿਹੀ ਕਿਸੇ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਚਲੋ ਰੱਬ ਨਾ ਕਰੇ ਜੇ ਕਿਤੇ ਬੰਦਾ ਢਿੱਲਾ ਮੱਠਾ ਹੀ ਪੈ ਜਾਂਦਾ ਨਾ, ਤਾਂ ਫਿਰ ਵੀ ਤੁਹਾਡੇ ਕੋਲ ਪ੍ਰੋਪਰ ਇੰਸ਼ੋਰੈਂਸ ਹੋਊਗੀ, ਤੁਹਾਡੀ ਜਿਹੜੀ ਹਾਰਡ ਅਰਨਡ ਮਨੀ ਆ ਉਹ ਖਰਾਬ ਨਹੀਂ ਜਾਊਗੀ। ਸੋ
ਪ੍ਰੋਬਲਮ ਕਿਸ ਕੇਸਿਸ ਦੇ ਵਿੱਚ ਜ਼ਿਆਦਾ ਆਉਂਦੀ ਹੈ? ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਤੁਸੀਂ ਅਵੇਅਰ ਨਹੀਂ ਹੁੰਦੇ ਜਾਂ ਆਪਾਂ ਇੰਸ਼ੋਰੈਂਸ ਟਾਈਮ ਨਾਲ ਨਹੀਂ ਲਈ ਹੁੰਦੀ ਆ। ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਕਾਲਜ ਚੇਂਜ ਕਰਦੇ ਹੋ, ਕੁਛ ਯੂ ਨੋ ਕਾਲਜਿਸ ਇੰਸ਼ੋਰੈਂਸ ਇਹੋ ਜਿਹੀ ਦਿੰਦੇ ਨੇ ਜਿਹੜੀ ਉਹਨਾਂ ਦੇ ਕਾਲਜ ਦੇ ਨਾਲ ਹੀ ਬਾਊਂਡਡ ਹੁੰਦੀ ਆ। ਸੋ ਜੇ ਤੁਸੀਂ ਦੂਜੀ ਪ੍ਰੋਵਿੰਸ 'ਚ ਮੂਵ ਕਰਦੇ ਹੋ, ਨਵੇਂ ਕਾਲਜ 'ਚ ਆਉਂਦੇ ਹੋ, ਨਵਾਂ ਪ੍ਰੋਗਰਾਮ ਲੈਂਦੇ ਹੋ, ਤੁਹਾਨੂੰ ਇੰਸ਼ੋਰੈਂਸ ਨਵੀਂ ਲੈਣੀ ਪੈਂਦੀ ਆ। ਉਸ ਕੇਸ 'ਚ ਮੇਕ ਸ਼ੋਰ ਕਿ ਤੁਹਾਡੀ ਇੰਸ਼ੋਰੈਂਸ ਅਪ ਟੂ ਡੇਟ ਆ, ਜਾਂ ਫਿਰ ਤੁਹਾਡੀ ਸਟੱਡੀ ਕੰਪਲੀਟ ਹੋ ਜਾਂਦੀ ਆ ਅਤੇ ਹਜੇ ਤੁਹਾਡਾ ਵਰਕ ਪਰਮਿਟ ਆਉਣ 'ਚ ਟਾਈਮ ਹੁੰਦਾ। ਤੁਹਾਨੂੰ ਜਿਵੇਂ ਪਤਾ ਤੁਹਾਨੂੰ ਕਿ ਵਰਕ ਪਰਮਿਟ ਦਾ ਟਾਈਮ ਫਰੇਮ ਹੁਣ ਆਲਮੋਸਟ 6 ਮੰਥਸ ਜਾਂ 180 ਡੇਜ਼ ਤੱਕ ਤੁਸੀਂ ਵਰਕ ਪਰਮਿਟ ਅਪਲਾਈ ਕਰਦੇ ਹੋ, ਫਿਰ ਅਪਲਾਈ ਕਰਨ ਤੱਕ ਜਦੋਂ ਵਾਪਸ ਆਉਣਾ ਹੁੰਦਾ ਵਰਕ ਪਰਮਿਟ, ਉਸ ਜਿਹੜਾ ਟਾਈਮ ਫਰੇਮ ਆ ਨਾ ਉਹਦੇ ਵਿੱਚ ਬਹੁਤ ਸਾਰੇ ਦੋਸਤ ਇਨਸ਼ੋਰਡ ਨਹੀਂ ਹੁੰਦੇ। ਸੋ ਇਟਸ ਵੈਰੀ ਇੰਪੋਰਟੈਂਟ ਕਿ ਜਿੱਦਾਂ ਹੀ ਤੁਹਾਡੀ ਸਟੱਡੀ ਵਾਲਾ ਕਾਲਜ ਦੇ ਨਾਲ ਤੁਹਾਡੀ ਕੰਪਲੀਟ ਹੋ ਗਈ ਆ ਇੰਸ਼ੋਰੈਂਸ, ਉਸ ਤੋਂ ਬਾਅਦ ਆਪਣੀ ਪਰਸਨਲ ਮੈਡੀਕਲ ਇੰਸ਼ੋਰੈਂਸ ਜ਼ਰੂਰ ਬਾਏ ਕਰ ਲਓ। ਉਹਦੇ ਨਾਲ ਇਹ ਆ ਕਿ ਯਾਰ ਤੁਹਾਨੂੰ ਥੋੜ੍ਹੇ ਬਹੁਤੇ ਪੇ ਜ਼ਰੂਰ ਪਰ ਮੰਥ ਕਰਨਗੇ ਕਰਨੇ ਪੈਣਗੇ, ਬਟ ਤੁਸੀਂ ਫੁੱਲੀ ਇਨਸ਼ੋਰਡ ਆ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਸਿਕਨੈਸ ਹੁੰਦੀ ਆ, ਤੁਸੀਂ ਡਾਕਟਰ ਨੂੰ ਵਿਜ਼ਿਟ ਕਰਨਾ, ਐਟਲੀਸਟ ਤੁਹਾਡਾ ਉਹ ਸਾਰਾ ਟਾਈਮ ਪੀਰੀਅਡ ਕਵਰਡ ਹੋਊਗਾ ਐਂਡ ਯੂ ਡੋਂਟ ਹੈਵ ਟੂ ਵਰੀ ਅਬਾਊਟ ਇਟ। ਥਰਡ ਥਿੰਗ ਇਹ ਹੁੰਦੀ ਆ ਕਿ ਕਈ ਜਦੋਂ ਤੁਸੀਂ ਜੋਬ ਕਰਨ ਵੀ ਲੱਗ ਪੈਂਦੇ ਹੋ, ਕਈ ਕੰਪਨੀਜ਼ ਦਿੰਦੀਆਂ ਮੈਡੀਕਲ ਇੰਸ਼ੋਰੈਂਸ, ਕਈ ਨਹੀਂ ਦਿੰਦੀਆਂ। ਸੋ ਜੇ ਉਸ ਕੇਸ ਦੇ ਵਿੱਚ ਵੀ ਤੁਹਾਨੂੰ ਇੰਸ਼ੋਰੈਂਸ ਦੀ ਕਾਫੀ ਇੰਪੋਰਟੈਂਸ ਹੁੰਦੀ ਆ ਕਿ ਤੁਸੀਂ ਟਾਈਮ ਨਾਲ ਉਹਨੂੰ ਇੰਸ਼ੋਰੈਂਸ ਨੂੰ ਲੈ ਲਓ। ਫਿਰ ਜੇ ਤੁਸੀਂ ਇੰਸ਼ੋਰੈਂਸ ਲੈ ਵੀ ਲੈਂਦੇ ਹੋ ਤਾਂ ਯੂ ਨੋ ਇਟਸ ਅ ਵੈਰੀ ਸਿੰਪਲ ਸਟੈਪ ਕਿ ਤੁਸੀਂ ਉਸ ਇੰਸ਼ੋਰੈਂਸ ਨੂੰ ਚੈੱਕ ਕਰ ਲਓ ਕਿ ਉਹਦੇ ਵਿੱਚ ਕੀ ਬੈਨੀਫਿਟਸ ਨੇ। ਕੁਛ ਮੇਜਰ ਯੂ ਨੋ ਚੀਜ਼ਾਂ ਹੁੰਦੀਆਂ ਜਿਹੜੀਆਂ ਹਰ ਇੱਕ ਤਕਰੀਬਨ ਯੂ ਨੋ ਇੰਸ਼ੋਰੈਂਸ ਕੰਪਨੀ ਕਵਰ ਕਰਦੀ ਆ, ਜਿਵੇਂ ਅਲਾਇੰਸ ਇੰਸ਼ੋਰੈਂਸ ਆ, ਉਹਨਾਂ ਦੀਆਂ ਬਹੁਤ ਸਾਰੇ ਬੈਨੀਫਿਟਸ ਉਹ ਇਸ ਦੇ ਵਿੱਚ ਕਵਰ ਕਰ ਰਹੇ ਨੇ। ਪਰ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਯੂ ਨੋ ਉਸ ਦੀ ਇੰਸ਼ੋਰੈਂਸ ਲੈਣ ਲਈ ਤੁਸੀਂ ਸਿੱਧਾ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਲੈ ਸਕਦੇ ਹੋ। ਐਸ਼ੋਰੈਂਸ ਵਿਜ਼ਿਟਰਸ ਕਰਕੇ ਅਸੀਂ ਤੁਹਾਨੂੰ ਸਕਰੀਨ ਦੇ ਉੱਤੇ ਉਹਨਾਂ ਦੀ ਵੈਬਸਾਈਟ ਦਿਖਾ ਦਿੰਦੇ ਹਾਂ। ਬਹੁਤ ਸਿੰਪਲ ਸਟੈਪ ਆ, ਜੇ ਤੁਸੀਂ ਕਾਲਜ ਚੇਂਜ ਕਰ ਰਹੇ ਹੋ ਜਾਂ ਨਵੇਂ ਆਏ ਹੋ ਸਟੇਟ ਦੇ ਵਿੱਚ ਅਤੇ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਆ, ਇਟਸ ਅ ਵੈਰੀ 2-3 ਸਟੈਪ ਸਿੰਪਲ ਪ੍ਰੋਸੈਸ ਥਰੂ ਵਿੱਚ ਯੂ ਕੈਨ ਜਸਟ ਗੋ ਹੈਡ ਐਂਡ ਬਾਈ ਯੋਰ ਇੰਸ਼ੋਰੈਂਸ। ਸਿੰਪਲੀ ਗੋ ਟੂ ਦੇਅਰ ਵੈਬਸਾਈਟ ਐਂਡ ਫਾਈਂਡ ਆਊਟ ਲਾਈਕ ਦੀ ਰਾਈਟ ਆਪਸ਼ਨ ਕਿ ਤੁਹਾਡੀ ਇੰਸ਼ੋਰੈਂਸ ਤੁਹਾਨੂੰ ਕਿੱਦਾਂ ਦੀ ਚਾਹੀਦੀ ਆ, ਚੈੱਕ ਕਿ ਤੁਹਾਨੂੰ ਐਡੀਸ਼ਨਲ ਬੈਨੀਫਿਟਸ ਚਾਹੀਦੇ ਆ ਜਾਂ ਨਹੀਂ। ਜੇ ਨਹੀਂ ਚਾਹੀਦੇ ਸਿੰਪਲੀ ਤੁਸੀਂ ਸਬਮਿਟ ਕਰਾਓ ਇਨਫੋਰਮੇਸ਼ਨ, ਉਹ ਤੁਹਾਨੂੰ ਇੱਕ ਕੋਟ ਭੇਜਣਗੇ। ਜੇ ਤੁਹਾਨੂੰ ਕੋਟ ਸਹੀ ਲੱਗਦਾ ਆ ਤਾਂ ਤੁਸੀਂ ਉਸ ਇੰਸ਼ੋਰੈਂਸ ਨੂੰ ਬਾਏ ਕਰ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਟਾਈਮ ਟੂ ਟਾਈਮ ਉਹਨੂੰ ਰਿਨਿਊ ਕਰ ਸਕਦੇ ਹੋ। ਜੇ ਤੁਹਾਨੂੰ ਫਿਰ ਵੀ ਕੋਈ ਯੂ ਨੋ ਕੁਐਸਚਨ ਆ, ਕੁਐਰੀ ਆ, ਵਧੀਆ ਗੱਲ ਇਹ ਹੁੰਦੀ ਹੈ ਕਿ ਜੇ ਇਸ ਸਿਟੀ ਦੇ ਵਿੱਚ ਤੁਸੀਂ ਰਹਿੰਦੇ ਹੋ ਨਾ, ਉਸ ਸਿਟੀ ਦੇ ਬ੍ਰੋਕਰ ਤੋਂ ਤੁਸੀਂ ਇੰਸ਼ੋਰੈਂਸ ਲੈ ਲੈਂਦੇ ਹੋ ਤਾਂ ਲਾਈਕ ਯੂ ਕੈਨ ਗੋ ਐਂਡ ਪਰਸਨਲੀ ਮੀਟ ਦੈਮ ਇਫ ਯੂ ਹੈਵ ਐਨੀ ਕੁਐਸਚਨ, ਐਨੀ ਕੁਐਰੀ, ਕੋਈ ਵੀ ਚੱਕਰ ਆ ਤਾਂ ਤੁਸੀਂ ਜਾ ਕੇ ਸਿੱਧਾ ਉਹਨਾਂ ਨੂੰ ਮਿਲ ਲਓ ਕਿ ਯਾਰ ਮੈਂ ਇੰਸ਼ੋਰੈਂਸ ਤੁਹਾਡੇ ਤੋਂ ਲਈ ਆ, ਆਹ ਮੈਨੂੰ ਮੈਡੀਕਲ ਮੇਰਾ ਇੱਦਾਂ ਹੈ, ਇੰਨੀ ਰੀਇੰਬਰਸਮੈਂਟ ਆਉਣੀ ਆ। ਸੋ ਕੋਈ ਵੀ ਤੁਹਾਨੂੰ ਦਿੱਕਤ ਹੋਵੇ ਤੁਸੀਂ ਜਾ ਕੇ ਉਹਨਾਂ ਨੂੰ ਮਿਲ ਤਾਂ ਸਕਦੇ ਹੋ, ਕਿਉਂਕਿ ਜੇ ਤੁਸੀਂ ਇੰਸ਼ੋਰੈਂਸ ਕਿਤੇ ਉਹ ਬਾਹਰੋਂ ਹੋਰ ਲੈ ਲੈਂਦੇ ਹੋ ਤਾਂ ਤੁਹਾਨੂੰ ਪਤਾ ਕਿ ਉਹ ਐਕਸੈਸਿਬਲ ਨਹੀਂ ਆ, ਫਿਰ ਜਾ ਕੇ ਯਾਰ ਤੁਸੀਂ ਕਿਹਦੀ ਮਾਂ ਨੂੰ ਮਾਸੀ ਕਹਿਣਾ, ਸਵਾਲ ਤਾਂ ਖੜਾ ਹੋ ਜਾਂਦਾ ਹੈ। ਸੋ ਇਸੇ ਕਰਕੇ ਅਸੀਂ ਪਾਰਟਨਰਸ਼ਿਪ ਕੀਤੀ ਆ ਜੀ ਇੱਥੇ ਯੂ ਨੋ ਇੰਸ਼ੋਰੈਂਸ ਵਿਜ਼ਿਟਰਸ GCA ਫਾਈਨੈਂਸ਼ੀਅਲ ਗਰੁੱਪ ਦੇ ਨਾਲ। ਅਤੇ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਚਾਹੀਦੀ ਆ, ਨੰਬਰ 1 ਤੁਸੀਂ ਉਹਨਾਂ ਨੂੰ ਜਾ ਕੇ ਆਫਿਸ 'ਚ ਮਿਲ ਸਕਦੇ ਹੋ। ਯੂ ਹੈਵ ਐਨੀ ਟਾਈਪ ਆਫ ਕੁਐਸਚਨ, ਉਹ ਤੁਹਾਡੇ ਕੁਐਸਚਨਸ ਨੂੰ ਆਨਸਰ ਕਰਨਗੇ। ਕਿਸੇ ਵੀ ਤਰ੍ਹਾਂ ਦੀ ਪੋਲਿਸੀ ਚਾਹੀਦੀ ਆ, ਯੂ ਨੋ ਰਿਡਿਊਸ ਪ੍ਰਾਈਸ 'ਤੇ ਚਾਹੀਦੀ ਆ, ਸਹੀ ਪ੍ਰਾਈਸ 'ਤੇ ਚਾਹੀਦੀ, ਤੁਸੀਂ ਉਹਨਾਂ ਨਾਲ ਡਿਸਕਸ ਕਰ ਸਕਦੇ ਹੋ। ਵੈਸੇ ਉਹਨਾਂ ਦੀ ਵੈਬਸਾਈਟ ਕਾਫੀ ਰਿਸਪੋਂਸਿਵ ਆ, ਤੁਸੀਂ ਵੈਬਸਾਈਟ ਦੇ ਉੱਤੇ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਉਹਨਾਂ ਨੂੰ, ਜਾਂ ਫਿਰ ਤੁਸੀਂ ਕੋਈ ਵੀ ਕੁਐਸਚਨ ਆ ਤੁਸੀਂ ਸਿੱਧਾ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਜੇ ਤੁਹਾਨੂੰ ਫਿਰ ਵੀ ਉਹਨਾਂ ਤੋਂ ਪੋਲਿਸੀ ਲੈ ਕੇ ਕੋਈ ਦਿੱਕਤ ਆਉਂਦੀ ਆ, ਤੁਸੀਂ ਸਾਡੇ ਨਾਲ ਵੀ ਕਮਿਊਨੀਕੇਟ ਕਰ ਸਕਦੇ ਹੋ। ਬਟ ਮੇਕ ਸ਼ੋਰ ਕਿਸੇ ਵੀ ਕੰਪਨੀ ਤੋਂ ਤੁਸੀਂ ਇੰਸ਼ੋਰੈਂਸ ਕਰਾਉਂਦੇ ਹੋ, ਉਹਦੀ ਪ੍ਰੋਪਰਲੀ ਬੈਨੀਫਿਟਸ ਚੈੱਕ ਕਰ ਲਓ, ਪਰ ਕਰਾ ਜ਼ਰੂਰ ਲਓ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ। ਬੀਇੰਗ ਵਿਦਆਊਟ ਇੰਸ਼ੋਰੈਂਸ ਇਨ ਕੈਨੇਡਾ ਕੈਨ ਬੀ ਰੀਅਲੀ ਡੇਂਜਰਸ। ਸੋ ਇਸ ਚੀਜ਼ ਦਾ ਤੁਸੀਂ ਜ਼ਰੂਰ ਖਿਆਲ ਰੱਖੋ। ਹੋਰ ਤੁਹਾਡੇ ਕੋਈ ਵੀ ਕੁਐਸਚਨਸ ਨੇ, ਕੁਐਰੀਜ਼ ਨੇ, ਤੁਸੀਂ ਸਿੱਧਾ ਸਾਨੂੰ ਕੰਟੈਕਟ ਕਰ ਸਕਦੇ ਹੋ ਹੋਰ ਤੁਹਾਡੇ ਕੋਈ ਵੀ ਕੁਐਸਚਨ ਆ, ਕੁਐਰੀ ਆ, ਤੁਸੀਂ ਸਿੱਧਾ ਕਮੈਂਟਸ ਦੇ ਵਿੱਚ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਪਲੱਸ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ, ਤੁਹਾਨੂੰ ਪਤਾ ਜੀ ਇਸ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਹਿੱਟ ਬੈਲ ਬਟਨ ਸੋ ਦੈਟ ਯੂ ਡੋਂਟ ਮਿਸ ਔਨ ਐਨੀ ਨੋਟੀਫਿਕੇਸ਼ਨ ਫਰੋਮ ਦਾ ਵੀਡੀਓਜ਼ ਦੈਟ ਵੀ ਆਰ ਡੂਇੰਗ ਇਨ ਔਨ ਦਿਸ ਚੈਨਲ। ਬਾਕੀ ਤੁਹਾਡੇ ਜਿਹੜੇ ਸੁਜੈਸ਼ਨਸ ਨੇ, ਫੀਡਬੈਕ ਨੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਦੇ ਨਾਲ ਰਿਲੇਟਡ ਵੀਡੀਓਜ਼ ਕੰਸਿਸਟੈਂਟਲੀ ਪ੍ਰੋਡਿਊਸ ਕਰਦੇ ਰਹੀਏ ਅਤੇ ਤੁਹਾਡੇ ਤੱਕ ਲੈ ਕੇ ਆਈਏ। ਪਲੱਸ GCA ਫਾਈਨੈਂਸ਼ੀਅਲ ਦਾ ਅਸੀਂ ਲਿੰਕ ਡਿਸਕ੍ਰਿਪਸ਼ਨ 'ਚ ਦੇ ਰਹੇ ਹਾਂ, ਜੇ ਤੁਹਾਨੂੰ ਕੋਈ ਵੀ ਕੁਐਸਚਨ ਕੁਐਰੀ ਹੋਵੇ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਇੰਸ਼ੋਰੈਂਸ ਬਾਏ ਕਰ ਸਕਦੇ ਹੋ। ਫਿਲਹਾਲ ਇਸੇ ਨਾਲ ਮੈਂ ਜੌਨੀ ਹੰਸ ਲੈਣਾ ਇਜਾਜ਼ਤ, ਹੱਸਦੇ ਮੁਸਕਰਾਉਂਦੇ ਰਹੋ ਜੀ, ਰੱਬ ਰਾਖਾ।